ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਜੀ ਅੱਜ ਮੈਂ ਆਇਆ ਸਿੱਧੂ ਵੀਰ ਦੀ ਹਵੇਲੀ 'ਚ। ਅਤੇ ਆਓ ਤੁਹਾਨੂੰ ਅੰਦਰੋਂ ਹਵੇਲੀ ਦਿਖਾਉਂਦੇ ਹਾਂ। ਬਹੁਤ ਵੱਡੀ ਹਵੇਲੀ ਹੈ ਜੀ ਵੀਰ ਨੇ ਪਾਈ ਹੋਈ। ਅਤੇ ਆਪਣੇ ਵਿੱਚ ਅੱਜ ਉਹ ਨਹੀਂ ਰਹੇ, ਇਹ ਚੀਜ਼ ਦਾ ਬਹੁਤ ਅਫਸੋਸ ਆ। ਅਤੇ ਜੀ ਉਹਨਾਂ ਦੇ ਮਾਤਾ ਪਿਤਾ ਆਏ ਸੰਡੇ ਆਪਾਂ ਨੂੰ ਸਪੀਚ ਦਿੰਦੇ ਨੇ, ਮਿਲਣ ਆਉਂਦੇ ਨੇ ਬਾਹਰ, ਕੋਈ ਰੋਕ ਟੋਕ ਨਹੀਂ ਜੀ। ਠੀਕ ਹੈ, ਤੁਸੀਂ ਸਮਾਂ ਵੱਧ ਚੜ੍ਹ ਕੇ ਆਇਆ ਕਰੋ, ਉਹਨਾਂ ਦੀ ਸਪੀਚ ਵੀ ਸੁਣੋ, ਉਹਨਾਂ ਨਾਲ ਜੁੜੋ ਤਾਂ ਕਿ ਆਪਣੇ ਸਿੱਧੂ ਬਾਈ ਨੂੰ ਇਨਸਾਫ ਮਿਲ ਸਕੇ। ਠੀਕ ਹੈ ਜੀ, ਜਿਹੜੀ ਆਪਣੀ ਆਵਾਜ਼ ਆ ਅਤੇ ਆਪਣੀ ਏਕਤਾ ਆ ਉਹਦੇ ਵਿੱਚ ਬਹੁਤ ਵਾਲਾ ਜੀ। ਠੀਕ ਹੈ ਜੀ, ਵੱਧ ਤੋਂ ਵੱਧ ਉਰੇ ਆਇਆ ਕਰੋ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਹੌਸਲਾ ਵਧਾਓ। ਅਤੇ ਆਓ ਜੀ, ਹੁਣ ਮਾਤਾ ਜੀ ਆਉਣਗੇ, ਸਪੀਚ ਦੇਣਗੇ, ਸੁਣਦੇ ਉਹਨਾਂ ਦੀ ਸਪੀਚ। ਸਭ ਤੋਂ ਪਹਿਲਾਂ ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਅਸੀਂ ਰੀਡੀ ਆ ਤੁਹਾਡੇ ਸਿੱਧੂ ਪਰਿਵਾਰ ਵੱਲੋਂ ਕਿ ਤੁਸੀਂ 4 ਮਹੀਨੇ ਬੀਤਣ ਦੇ ਬਾਵਜੂਦ ਵੀ ਹਜੇ ਥਮੇ ਨਹੀਂ ਹੋ, ਜਿੰਨਾ ਤੱਕ ਇਨਸਾਫ ਨਹੀਂ ਮਿਲਦਾ ਤੁਸੀਂ ਆ ਰਹੇ ਹੋ। ਅਸੀਂ ਤੁਹਾਡਾ ਇਕੱਲੇ ਇਕੱਲੇ ਦਾ ਇੱਥੇ ਪਹੁੰਚਣ 'ਤੇ ਜੀ ਆਇਆ, ਧੰਨਵਾਦ ਪਰਿਵਾਰ ਵੱਲੋਂ, ਕਿਉਂਕਿ ਪਰਿਵਾਰ ਨੂੰ ਆਸ ਜਿਹੜੀ ਆ ਉਹ ਤੁਹਾਡੇ ਤੋਂ ਆ, ਸਰਕਾਰਾਂ ਤੋਂ ਨਹੀਂ ਆ। ਅਤੇ ਸਰਕਾਰ ਤੁਹਾਡੇ ਤੋਂ ਡਰਦੀ ਹੈ, ਨਾ ਸਾਡੇ ਇਸ ਪਰਿਵਾਰ ਤੋਂ ਨਾ ਸਾਡੇ ਤੋਂ। ਸਰਕਾਰ ਨੂੰ ਜਿਹੜਾ ਡਰ ਹੈ ਉਹ ਤੁਹਾਡੇ ਤੋਂ ਲੱਗਦਾ, ਕਿਉਂਕਿ ਤੁਹਾਡੇ ਕੋਲ ਇੱਕ ਵੋਟ ਦਾ ਹਥਿਆਰ ਹੈ ਜਿਹੜਾ ਕਿ ਤੁਸੀਂ ਸਰਕਾਰ ਨੂੰ ਡਰਾ ਸਕਦੇ ਹੋ ਅਤੇ ਸਰਕਾਰ ਤੋਂ ਡਰਾ ਕੇ ਜਿਹੜਾ ਕੋਈ ਜਾਇਜ਼ ਕੰਮ ਆ ਉਹਨੂੰ ਕਰਾ ਸਕਦੇ ਹੋ। ਇਸ ਕਰਕੇ ਸਰਕਾਰ ਵੀ ਇਹੀ ਚਾਹੁੰਦੀ ਹੈ ਵੀ ਇੱਥੇ ਜਿਹੜਾ ਇਕੱਠ ਹੈ ਉਹ ਘਟੇ, ਤਾਂ ਜੋ ਕਿ ਜਿਹੜਾ ਪਰਿਵਾਰ ਹੈ ਉਹਦਾ ਇਕੱਲੇ ਰਹਿ ਜਾਣਾ ਅਤੇ ਕੇਸ ਜਿਹੜਾ ਚੱਲੂ ਆ ਦੇਖੀ ਜਾਊ ਕਿਹੜਾ ਲੋਕ ਆਉਣੇ ਘੱਟ ਜਾਣ। ਥੋੜ੍ਹਾ ਜਿਹਾ ਇਸ ਕਰਕੇ ਪ੍ਰਸ਼ਾਸਨ ਵੀ ਕਹਿ ਦਿੰਦਾ ਵੀ ਯਾਰ ਤੁਸੀਂ ਗੇਟ ਬੰਦ ਕਰ ਦਿਓ, ਇਹ ਕਰ ਦਿਓ, ਇੱਧਰਲੇ ਪਾਸੋਂ ਨਾ ਆਓ। ਇਹੀ ਵਜ੍ਹਾ ਪਰਿਵਾਰ ਕਦੇ ਇਹ ਨਹੀਂ ਕਹਿੰਦਾ ਵੀ ਅਸੀਂ ਇੱਥੋਂ ਕਿਸੇ ਨੂੰ ਵਾਪਸ ਮੋੜੀਏ, ਚਾਹੇ ਦਿਨ ਕੋਈ ਵੀ ਹੋਵੇ, ਪਰ ਐਤਵਾਰ ਅਸੀਂ ਰੱਖਿਆ ਹੋਇਆ ਤੁਹਾਨੂੰ ਮਿਲਣ ਵਾਸਤੇ। ਕੋਈ ਵੀਰ ਇੱਥੋਂ ਗੁੱਸੇ ਹੋ ਕੇ ਨਾ ਜਾਇਆ ਕਰੋ ਵੀ ਯਾਰ ਸਾਨੂੰ ਤਾਂ ਗੇਟ ਨਹੀਂ ਖੋਲਿਆ, ਉੱਥੇ ਗੇਟ 'ਤੇ ਪੁਲਿਸ ਵਾਲੇ ਬੈਠੇ ਸੀ ਉਹਨਾਂ ਨੇ ਭਜਾ ਤਾ। ਪਰਿਵਾਰ ਦੀ ਕੋਈ ਮੰਗਸਾ ਨਹੀਂ ਹੈ ਕਿ ਤੁਹਾਨੂੰ ਇੱਥੋਂ ਭਜਾਉਣ, ਤੁਸੀਂ ਸਾਡੀ ਤਾਕਤ ਤੋਂ ਇਹ ਸਿੱਧੂ ਪਰਿਵਾਰ ਦੀ, ਕਿਉਂਕਿ ਇਨਸਾਫ ਤੁਸੀਂ ਲੈ ਕੇ ਦੇਣਾ, ਸਰਕਾਰ ਤੋਂ ਆਸ ਨਹੀਂ। ਮੈਂ ਜ਼ਿਆਦਾ ਕੁਛ ਨਹੀਂ ਕਹਿੰਦਾ ਕਿਉਂਕਿ ਤੁਸੀਂ ਪਹਿਲਾਂ ਹੀ ਬਹੁਤ ਟਾਈਮ ਦੇ ਬੈਠੇ ਹੋ, ਅਸੀਂ ਚਾਹ ਪਾਣੀ ਪੀ ਰਹੇ ਸੀ ਇਸ ਕਰਕੇ ਟਾਈਮ ਲਵਾ ਤਾ, ਉਹਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ। ਮੈਂ ਬੇਨਤੀ ਕਰੂੰਗਾ ਸਿੱਧੂ ਦੀ ਮਾਤਾ ਜੀ ਨੂੰ, ਉਹ ਆ ਕੇ ਦੋ ਸ਼ਬਦ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੀ। ਸਭ ਤੋਂ ਪਹਿਲਾਂ ਤਾਂ ਦੂਰੋਂ ਦੂਰ ਆਏ ਸਾਰੇ ਭੈਣ ਭਰਾਵਾਂ ਦਾ, ਬੱਚਿਆਂ ਦਾ ਧੰਨਵਾਦ ਕਰਦੀ ਹਾਂ। 4 ਮਹੀਨੇ ਹੋ ਗਏ ਤੁਹਾਡਾ ਉਤਸ਼ਾਹ ਉਮੀਦ ਹੋਣੇ ਆ, ਸਾਡਾ ਹੌਸਲਾ ਵੱਧਦਾ ਤੁਹਾਨੂੰ ਦੇਖ ਕੇ। ਮੈਨੂੰ ਮਾਣ ਮਹਿਸੂਸ ਹੁੰਦਾ ਵੀ ਜਿਹੜੇ ਛੋਟੇ ਛੋਟੇ ਬੱਚੇ ਆ ਚੌਧਰੀ ਨੂੰ ਕਿੰਨਾ ਪਿਆਰ ਕਰਦੇ ਆ, ਵੀ ਉਹਦੇ ਇੱਕ ਇੱਕ ਬੋਲ ਉਹਨਾਂ ਨੇ ਆਪਣੀ ਜੀਭ 'ਤੇ ਕਿਵੇਂ ਰੱਖਿਆ ਹੋਇਆ। ਮੈਂ ਕੁਛ ਸ਼ਬਦ ਹੀ ਹੈਗੇ ਮੇਰੇ ਕੋਲ, ਮੈਂ ਕਿਵੇਂ ਬਿਆਨ ਕਰਾਂ ਵੀ ਤੁਸੀਂ ਉਹਨੂੰ ਇੰਨਾ ਪਿਆਰ ਕਰਦੇ ਹੋ। ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ, ਮੈਨੂੰ ਤਾਂ ਹੀ ਲੱਗਦਾ ਸੀ ਸੰਦੀਪ ਇਕੱਲਾ ਮੇਰਾ ਪੁੱਤ, ਮੈਨੂੰ ਨਹੀਂ ਪਤਾ ਸੀਗਾ ਵੀ ਉਹਦੀਆਂ ਇੰਨੀਆਂ ਮਾਵਾਂ ਨੇ ਉਹਨੂੰ ਇੰਨੇ ਭੈਣ ਭਰਾ ਇੰਨੇ ਪਿਆਰ ਕਰਨ ਵਾਲੇ। ਪਰ ਉਹਦੀ ਗੱਲ ਦਾ ਵੀ ਬੰਦੇ ਦੇ ਜਾਣ ਤੋਂ ਬਾਅਦ ਤੋਂ ਪਤਾ ਲੱਗਦਾ ਹੁੰਦਾ ਵੀ ਇਹ ਕੀ ਚੀਜ਼ ਸੀ। ਪਹਿਲਾਂ ਮੈਂ ਤੁਹਾਨੂੰ ਆਪਦਾ ਗੋਭੀ ਸਮਝ ਜਾਂਦੀ ਸੀ, ਗੁੱਗੂ ਹੋਇਆ, ਮੈਨੂੰ ਖੁਦ ਨੂੰ ਵੀ ਨਹੀਂ ਪਤਾ ਸੀ ਵੀ ਉਹ ਕੀ ਚੀਜ਼। ਪਰ ਜਿਹੜੀਆਂ ਉਹ ਗੱਲਾਂ 7ਵੀਂ ਕਲਾਸ ਤੋਂ ਲੈ ਕੇ ਹੁਣ ਤੱਕ ਕਰਦਾ ਰਿਹਾ, ਉਹਦੀਆਂ ਸਾਰੀਆਂ ਗੱਲਾਂ ਹੀ ਸੱਚ ਹੋਈਆਂ। ਜਦੋਂ ਸੱਚ ਹੋਣ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਕੋਈ ਹੋਰ ਚੀਜ਼ ਸੀ, ਕਿ ਇਹ ਕੋਈ ਅਪੀਰੂ ਸੀ ਜਿਹੜੀ ਉਹ ਸਾਰਾ ਕੁਛ ਮੈਨੂੰ ਪਹਿਲਾਂ ਹੀ ਦੱਸ ਰਹੀ ਸੀ ਵੀ ਮੈਂ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਕੱਲ੍ਹ ਆਸਟ੍ਰੇਲੀਆ ਤੋਂ ਮੁੰਡੇ ਦਾ ਗੁਰਦੇਵ ਦਾ ਫੋਨ ਆਇਆ, ਉਹ ਵੀ ਵਿਚਾਰਾ ਕਹਿੰਦਾ ਮਤਾ ਰੋਇਆ ਨਾ ਕਰੋ। ਮੈਂ ਵੀ ਕਹਿੰਦਾ ਮੇਰੀ ਇੱਕ ਬੇਟੀ ਹੈ ਜੀ, ਮੇਰੇ ਬੇਟਾ ਹੋਵੇ ਤਾਂ ਵੀ ਉਹ ਛੁੱਟੀ ਕਵਰਤਾ ਹੋਵੇ, ਉਹਦੇ ਨਾਲ ਸਾਡਾ ਹੌਸਲਾ ਹੋਰ ਵੱਧਦਾ ਹੈ ਵੀ ਉਹਨੂੰ ਕਿੰਨੇ ਪਿਆਰ ਕਰਨਾ। ਤੁਹਾਡੇ ਤੋਂ ਹੀ ਉਮੀਦਾਂ ਨੇ ਵੀ ਆਪਾਂ ਨੂੰ ਇਨਸਾਫ ਮਿਲੂਗਾ ਜ਼ਰੂਰ, ਕੋਈ ਗੱਲ ਨਹੀਂ, ਸਮਾਂ ਲੱਗ ਸਕਦਾ, ਆਪਾਂ ਲੜੀ ਜਾਵਾਂਗੇ। ਪਰ ਉਹਦੇ ਵਾਲਾ ਜਿਹੜਾ ਘੱਟ ਹੈ ਉਹ ਤਾਂ ਨਾ ਸਾਨੂੰ ਪੂਰਾ ਹੋਵੇ, ਨਾ ਤੁਹਾਨੂੰ ਪੂਰਾ ਹੋਵੇ, ਨਾ ਉਹ ਮੁੜ ਕੇ ਆਵੇ। ਬਸ ਆਪਾਂ ਤਾਂ ਇਹੀ ਕਹਿੰਦੇ ਸਰਕਾਰਾਂ ਨੂੰ, ਇਹੀ ਹੱਥ ਮੰਨ ਕੇ ਬੇਨਤੀ ਕਰਦੇ ਹਾਂ
कि सानू फ्रीजियां चीज़ों तो दूर करते सानू चंगा माहौल दो साडे बच्चों को चंगे रुजगार दो ताँ जो सारे वधिया अपनी जिंदगी जो सकन जे चंगा माहौल मिलेगा आप ही बच्चे सीधे राह ते चलेंगे जे माहौल ही नहीं मिलेगा तो फिर बच्चों ने तो एडे मेडे रस्ते अपनाने ये सारा कुछ सरकार बेनती करती हैं उन्होंने हाथ जोड़ के बेनती करती हैं चलो जो हो गया सो हो गया पर आने वाली पीढ़ियां ने जो बेचारियां उन्होंने पंजाब रहना जो पसंद है बेचारे वो मजबूर हो गए वो जो अपना पंजाब है छड़ रहे कोई कनेडा जाता है कोई ऑस्ट्रेलिया जाता है उत्थे ही बेचारे नए माँ प्यो तो दूर होंगे ने नाले इन्नी हड तोड़ भी मेहनत करते हैं जो वो इतने उन्होंने मेहनत का मुल पाया जाए मैं नहीं लगता भी कोई पंजाब से चीड़ी में छड़ के कोई बाहर जाऊंगा अस तो देख के आए बेचारा ने भी कपड़े बेचारियों तो चलो इतने आके हो जाता भी वधिया सोहने कपड़े पा लेंगे चंगे पर उत्थे भी उन्होंने जिंदगी बहुत औखी है मेरिया ही भाणी गई हुई उदू मगरों से उसकी बुजुर्ग है हम मैंने पता कहीं अस इतने आके की लैना साढ़े तो इन्नी कीमती चीज विछड़ गई असं मूँह नहीं देख सके जाती बार असं की लैना बस यही है आप सरजना आप करनी पेगी आपके बच्चों का आप ध्यान रखो किसी तो कोई उम्मीद ना रखो या तो उस अकाल पुरख वाहेगुरू को कहो भी इन्होंने चंगी सेहत दे या सानू आप करना पेगा कोई किसी बारे नहीं सोचता है भी जो है गुआढ़ी सौखा बसे गुआढ़ी तो गुआढ़ी नहीं मान मैं तो यही चाहनी हूँ भी जोड़ा घाटा सासी खादा सानू है वो किसी होर भैन भाई की किसी ना आए बस आपदे पर रखो असं तो बहुत चंगी सिक्ख्या दिखती सी वाहेगुरू ने भी वह हर थान पर साथ दिता से जोड़ी चीज़ में हथ लाता से पारस की तरह चार साल देख लो साढ़े को पांच छः महीने कोई कोई ज्यादा आमदन नहीं है छोटी मोटी जॉब करते बेचारे आप मेहनत करते घर बच्चे ने अपनी मेहनत की मेहनत करके इतने तक आया पर चार साल जोड़े उन्हें बेचारे ने जिंदगी बतीत की थी उन्हें असं उदे कदम सुकून नहीं देखा से मूँह उत्ते भी अच्छे हसदा जा कि मेरे मूहे तो नकले नकली हसी हसी जाता से पर मैं मगरों पता लगता सी भी आह गल आए शुरू तो लैके हूँ तक बेचारे ना धक्का ही हूँ आया चलो हम रब ने धक्का करता बंदे भी रब बन गए कि कह सकते साड़ी अपनी किस्मत माड़ी सी जा वो बच्चे बेचारे मन सुख का सह हूँ शर्टा प्रेस करनिया पा लग्या मम्मी शर्टा प्रेस करते हूँ मैं अगे तक भी जो जो फड़ा देंगे वह लैके पा मम्मी की है शर्ट प्रेस लगी है सादा जीवन जीवन वाला जाने वाला बच्चा सगा वह कदम कोई खाने का नहीं मैं कोई चंगी चंगी चीज़ा खाव कद कोई पहनने का नहीं चप्पल उनकी चप्पल पा के आता बूट उनके बूट पा के आता उन्हें कदम शोशेबाजी से उन्हें कदम भी नहीं वो बच्चे ने आपका सादी जिंदगी जी जी है मतलब साढ़े को जो जो लैके दे देते वह जो पा लगा लगता तो सगा भी है कोई मोरी रूह है कोई रूह है जी रूह कोई अं नहीं पता है भी मैं कि पग बननी है जो मैं फड़ा देना तुम्हें फड़ा दो आप ही पा लो वही पा लो उ पा लेना बस पुत यह जिंदगी जो आपके माँ प्यो का सत्कार करो आपकी अपनी पग में कितने तक लेके गए शिवदीप उदा ही कायम रखोगे मैं उम्मीद है सुडे तो जिमें तुम उन्होंने प्यार करते हो जाओ बनाए हुए रस्त्या चल रहे हैं निके निके बच्चे पगा बन के आए हैं मैं आस है भी आप चंगा माहौल आप बनावे आप होर किसी को आस ना रखिए इन्ना कहने कोई खेमा की जाचक कोई गलत कह गया हो माफ करना वाहेगुरु जी का खालसा वाहेगुरू जी पर जारी करा वो मुताबक अभी कैंडल मार्च जोड़ा अलग अलग जिले पंजाब के हरियाणा के करने फिर कैंडल मार्च करने लिया कॉन्टैक्ट नंबर होना साढ़े को जरूरी है वो थोड़े दिन घरों अनाउंस किया जाऊगा वो कॉन्टैक्ट करो तो जेडे भी जिले के कहोगे असं सिद्धू की माता जी के फादर से साड़ी टीम उत्थे पहुंचेगी पंजाब हरियाणा जी कैंडल मार्च करके असं सरकार तो इंसाफ लैन की कोशिश करा पर जे ना किया उस तो बाद असं दिल्ली इंडिया गेट जाके बैठा इंडिया गेट तो असं राष्ट्रपति जी को मांग करा भी इन्होंने सारे फांसी दी जाए फास्ट ट्रैक कोर्ट कर चला के जल्दी तो जल्दी इस केस का निपटारा किया जाए ना कि इन किसी ठंडे बच्चे के पाया जाए सो साडे सारे की साथ की जरूरत है असी प्रशासन को टाइम दिता है 5-7 दिन का ठीक है 8-10 दिन के जिड़े जिन्हें सिक्योरिटी लैस की उन्होंने परचे पुरचे दे देते हैं शायद ठीक है कोई गलत कि नहीं असं 10 दिन बाद अभी नंबर जो अनाउंस करके जी अगली रणनीति है वह तय करा।
ਸੋ ਸਾਰਿਆਂ ਦਾ ਧੰਨਵਾਦ ਇੱਥੇ ਪਹੁੰਚਣ ਦੇ ਬਹੁਤ ਬਹੁਤ ਜੀ ਹੈ। आज छोड़ दो ना जी, आज 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 भाई।